ਨਾਮ ਅੰਮ੍ਰਿਤਪਾਲ ਸਿੰਘ। ਸਾਲ 2030 ਐਪੀਸੋਡ ਨੰਬਰ 1 ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਜੋ ਆਪਣੇ ਭੜਕਾਊ ਬਿਆਨਾਂ ਤੇ ਹਿੰਸਕ ਗਤੀਵਿਧੀਆਂ ਦੇ ਕਾਰਨ ਪਹਿਲਾਂ ਹੀ ਵਿਵਾਦਾਂ ਵਿੱਚ ਸੀ। ਸਾਲ 2022 ਦੇ ਵਿੱਚ ਖੂਬ ਸੁਰਖੀਆਂ ਦੇ ਵਿੱਚ ਰਿਹਾ ਤੇ ਇਹ ਸਿਲਸਿਲਾ ਸਾਲ 2023 ਦੇ ਵਿੱਚ ਵੀ ਜਾਰੀ ਰਿਹਾ। ਜ਼ੁਬਾਨ ਤੇ ਖਾਲਿਸਤਾਨ ਵਾਲੀ ਮੰਗ ਤੇ ਭੜਕਾਊ ਬਿਆਨਾਂ ਵਾਲੇ ਸੁਰ ਹੋਰ ਉੱਚੇ ਹੁੰਦੇ ਗਏ। ਇਸ ਦੇ ਨਾਲ ਹੀ ਸਾਲ 2023 ਦਾ ਜਨਵਰੀ ਵਾਲਾ ਮਹੀਨਾ ਵੀ ਬੀਤ ਗਿਆ ਤਾਂ ਫਰਵਰੀ ਮਹੀਨੇ ਦੇ ਵਿੱਚ ਅੰਮ੍ਰਿਤਪਾਲ ਅਜਿਹੀ ਘਟਨਾ ਦਾ ਮਾਸਟਰ ਮਾਇੰਡ ਬਣਿਆ ਕਿ ਪੁਲਿਸ ਦੇ ਟਾਰਗੇਟ 'ਤੇ ਆ ਗਿਆ ਅਤੇ ਸਿੱਧਾ ਖਾਕੀ ਨਾਲ ਪੰਗਾ ਲੈਣਾ ਮਹਿੰਗਾ ਪੈ ਗਿਆ। ਤਰੀਕ 23 ਫਰਵਰੀ, ਜਗ੍ਹਾ ਅਜਨਾਲਾ ਦਾ ਥਾਣਾ। ਅੰਮ੍ਰਿਤਪਾਲ ਦੇ ਸਾਥੀ ਲਵਪ੍ਰੀਤ ਤੂਫਾਨ ਦੀ ਗ੍ਰਿਫਤਾਰੀ ਹੋਈ ਤਾਂ ਅੰਮ੍ਰਿਤਪਾਲ ਇਸ ਨੂੰ ਸਹਾਰ ਨਾ ਸਕਿਆ, ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਆਖਿਰ ਇਹ ਵਿਰੋਧ 23 ਫਰਵਰੀ ਨੂੰ ਚਰਮ ਸੀਮਾ 'ਤੇ ਪਹੁੰਚ ਗਿਆ। ਅੰਮ੍ਰਿਤਪਾਲ ਅਜਨਾਲਾ ਥਾਣੇ ਨੂੰ ਘੇਰਨ ਦੀ ਪਹਿਲਾਂ ਹੀ ਕਾਲ ਦੇ ਚੁੱਕਾ ਸੀ, ਜਿਸ ਦੇ ਸੱਦੇ 'ਤੇ ਅੰਮ੍ਰਿਤਪਾਲ ਦੇ ਸਮਰਥਕਾਂ ਦਾ ਅਜਨਾਲਾ ਦੇ ਵਿੱਚ ਵੱਡਾ ਇਕੱਠ ਹੋਇਆ। ਇਸ ਪ੍ਰਦਰਸ਼ਨ ਦੀ ਅਗਵਾਈ ਅੰਮ੍ਰਿਤਪਾਲ ਕਰ ਰਿਹਾ ਸੀ, ਹਾਲਾਂਕਿ ਪੁਲਿਸ ਨੂੰ ਇਸ ਗੱਲ ਦਾ ਪਹਿਲਾਂ ਹੀ ਅੰਦਾਜ਼ਾ ਹੋ ਚੁੱਕਿਆ ਸੀ ਕਿ ਸਥਿਤੀ ਵਿਗੜ ਸਕਦੀ ਹੈ। ਇਸ ਦੇ ਲਿਹਾਜ਼ ਦੇ ਨਾਲ ਪਹਿਲਾਂ ਹੀ ਅਜਨਾਲਾ ਨੂੰ ਪੁਲਿਸ ਚੌਣੀ ਦੇ ਵਿੱਚ ਤਬਦੀਲ ਕੀਤਾ ਜਾ ਚੁੱਕਾ ਸੀ। ਪੁਲਿਸ ਦਾ ਸਖ਼ਤ ਪਹਿਰਾ, ਥਾਣੇ ਦੇ ਬਾਹਰ ਵੱਡੇ ਪੱਧਰ 'ਤੇ ਬੈਰੀਕੇਡਿੰਗ, ਅੰਮ੍ਰਿਤਸਰ ਦਿਹਾਤੀ ਤੋਂ ਇਲਾਵਾ ਹੋਰਨਾਂ ਜ਼ਿਲ੍ਹਿਆਂ ਦੀ ਪੁਲਿਸ ਦੀ ਤੈਨਾਤੀ ਤਸਵੀਰਾਂ ਪੁਲਿਸ ਦੇ ਪ੍ਰਬੰਧ ਨੂੰ ਬਿਆਨ ਕਰ ਰਹੀਆਂ ਸਨ। ਤਾਂ ਦੂਜੇ ਪਾਸੇ ਅੰਮ੍ਰਿਤਪਾਲ ਅਤੇ ਉਸਦੇ ਸਮਰਥਕ ਥਾਣੇ ਦਾ ਘਿਰਾਓ ਕਰਨ ਦੀ ਤਿਆਰੀ ਵਿੱਚ ਸਨ ਅਤੇ ਇਸ ਪ੍ਰਦਰਸ਼ਨ ਦੇ ਲਈ ਅੰਮ੍ਰਿਤਪਾਲ ਅਤੇ ਸਮਰਥਕਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾਇਆ। ਪਾਲਕੀ ਸਾਹਿਬ ਦੇ ਨਾਲ ਹੀ ਅੰਮ੍ਰਿਤਪਾਲ ਆਪਣੇ ਸਾਥੀਆਂ ਸਣੇ ਅੱਗੇ ਵੱਧ ਰਿਹਾ ਸੀ। ਇਸੇ ਪਾਲਕੀ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ। ਤਸਵੀਰਾਂ ਤਣ ਲੈ ਇਸ ਵੇਲੇ ਦੀਆਂ ਸਾਂਝੀਆਂ ਕਰ ਰਹੇ ਆਪਾਂ। ਅੰਮ੍ਰਿਤਪਾਲ ਦਾ ਕਾਫਲਾ ਲਗਾਤਾਰ ਅੱਗੇ ਵੱਧ ਰਿਹਾ ਸੀ ਤਾਂ ਅੱਗੋਂ ਪੁਲਿਸ ਵੀ ਹਾਲਾਤਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਬਰ ਤਿਆਰ ਸੀ। ਤਾਂ ਇੰਨੇ ਨੂੰ ਕਿਰਪਾਨਾਂ, ਡੰਡਿਆਂ ਤੇ ਦਾਤਰਾਂ ਦੇ ਨਾਲ ਲੈਸ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਪੁਲਿਸ 'ਤੇ ਹਮਲਾ ਬੋਲ ਦਿੱਤਾ। ਕਈਆਂ ਨੇ ਮੂੰਹ ਵੀ ਟੱਕੇ ਹੋਏ ਸਨ ਅਤੇ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੇ ਨਾਲ ਕੁੱਟਮਾਰ ਤੱਕ ਕਰਨੀ ਸ਼ੁਰੂ ਕਰ ਦਿੱਤੀ ਅਤੇ ਐਸ ਪੀ ਸਣੇ ਕਈ ਪੁਲਿਸ ਮੁਲਾਜ਼ਮ ਇਸ ਦੌਰਾਨ ਜ਼ਖਮੀ ਹੋ ਗਏ। ਹਥਿਆਰਾਂ ਦੇ ਜ਼ੋਰ 'ਤੇ ਬੈਰੀਕੇਡਸ ਵੀ ਪਾਸੇ ਕਰ ਦਿੱਤੇ, ਗੱਡੀਆਂ ਨੂੰ ਨੁਕਸਾਨ ਪਹੁੰਚਾਇਆ ਗਿਆ ਅਤੇ ਧਾਵਾ ਬੋਲਦੇ ਹੋਏ ਥਾਣੇ ਅੰਦਰ ਦਾਖਲ ਹੋ ਗਏ। ਥਾਣੇ 'ਤੇ ਵੀ ਕਬਜ਼ਾ ਕਰ ਲਿਆ ਅਤੇ ਅੰਦਰੇ ਹੀ ਮੋਰਚਾ ਲਗਾ ਦਿੱਤਾ ਗਿਆ। ਇਨ ਦਿਸ ਬੈਕਗਰਾਊਂਡ ਜਿਹੜਾ ਕੱਲ੍ਹ ਪੁਲਿਸ 'ਤੇ ਅਟੈਕ ਕੀਤਾ ਗਿਆ ਅਤੇ ਸ਼ਾਰਪੈਸਟ ਵੈਪਨਸ ਯੂਜ਼ ਕੀਤੇ ਗਏ, ਇੱਟ ਵੱਟੇ ਰੋੜੇ ਚਲੇ ਅਤੇ ਗੁਰੂ ਗ੍ਰੰਥ ਸਾਹਿਬ ਪਾਲਕੀ ਸਾਹਿਬ ਦੇ ਕਵਰ ਦੇ ਵਿੱਚ ਪੁਲਿਸ ਦੇ ਉੱਪਰ ਅਟੈਕ ਕੀਤਾ ਗਿਆ। 6 ਪੁਲਿਸ ਪਰਸਨਸ ਹੈਵ ਬੀਨ ਇੰਜਰਡ। ਸੋ ਇਸ ਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜਾ ਪੁਲਿਸ ਨੇ ਅਟਮੋਸਟ ਰੈਸਟਰੇਂਟ ਨਾਲ ਕੰਮ ਲਿੱਤਾ ਬਿਕੋਜ਼ ਆਫ ਮਰਿਆਦਾ ਆਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਲਵਪ੍ਰੀਤ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੁਲਿਸ ਨੂੰ ਅਲਟੀਮੇਟਮ ਦੇ ਦਿੱਤਾ ਅੰਮ੍ਰਿਤਪਾਲ ਅਤੇ ਉਸਦੇ ਸਮਰਥਕਾਂ ਦਾ। 23 ਤਾਰੀਖ ਨੂੰ ਥਾਣੇ ਦੇ ਅੰਦਰ ਪ੍ਰਦਰਸ਼ਨ ਜਾਰੀ ਰਿਹਾ।
ਇਸ ਦੇ ਵਿਚਾਲੇ ਪੁਲਿਸ ਤੇ ਅੰਮ੍ਰਿਤਪਾਲ ਦੇ ਵਿਚਕਾਰ ਗੱਲਬਾਤ ਦਾ ਦੌਰ ਜਾਰੀ ਸੀ ਤੇ ਆਖਿਰ 24 ਫਰਵਰੀ ਨੂੰ ਲਵਪ੍ਰੀਤ ਤੂਫਾਨ ਦੀ ਰਿਹਾਈ ਨੂੰ ਲੈ ਕੇ ਸਹਿਮਤੀ ਬਣੀ ਤੇ ਆਖਿਰਕਾਰ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਨੇ ਅਜਨਾਲਾ ਥਾਣੇ ਦੇ ਵਿੱਚੋਂ ਧਰਨਾ ਖਤਮ ਕੀਤਾ ਤੇ ਕਾਫਲੇ ਦੇ ਰੂਪ ਦੇ ਵਿੱਚ ਅੰਮ੍ਰਿਤਸਰ ਜੇਲ੍ਹ ਵੱਲ ਰਵਾਨਾ ਹੋ ਗਏ ਤੇ ਆਖਿਰਕਾਰ ਲਵਪ੍ਰੀਤ ਤੂਫਾਨ ਜੇਲ੍ਹ ਤੋਂ ਬਾਹਰ ਆ ਗਿਆ ਜਿਸ ਦਾ ਅੰਮ੍ਰਿਤਪਾਲ ਤੇ ਉਸਦੇ ਸਮਰਥਕਾਂ ਨੇ ਖੂਬ ਸਵਾਗਤ ਵੀ ਕੀਤਾ। ਬੇਸ਼ੱਕ ਅੰਮ੍ਰਿਤਪਾਲ ਤੇ ਉਸਦੇ ਸਮਰਥਕਾਂ ਦਾ ਪ੍ਰਦਰਸ਼ਨ ਖਤਮ ਹੋ ਚੁੱਕਾ ਸੀ, ਲਵਪ੍ਰੀਤ ਤੂਫਾਨ ਵੀ ਜੇਲ੍ਹ ਤੋਂ ਬਾਹਰ ਆ ਚੁੱਕਿਆ ਸੀ, ਤਾਂ ਫਿਰ ਇਸ ਦੌਰਾਨ ਪੁਲਿਸ ਦਾ ਵੱਡਾ ਐਕਸ਼ਨ ਹੋਇਆ। ਅਜਨਾਲਾ ਥਾਣਾ ਦੇ ਵਿੱਚ 39 ਨੰਬਰ FIR ਦਰਜ ਕੀਤੀ ਗਈ ਜਿਸ ਦੇ ਵਿੱਚ ਅੰਮ੍ਰਿਤਪਾਲ ਸਣੇ ਕੁੱਲ 19 ਲੋਕਾਂ ਦੇ ਖਿਲਾਫ਼ ਬਾਈ ਨੇਮ ਪਰਚਾ ਦਰਜ ਕੀਤਾ ਗਿਆ, ਜਦਕਿ 200 ਤੋਂ 250 ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਤੇ FIR ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਨੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਪਹਿਲਾਂ ਤੋਂ ਹੀ ਮਿੱਥੀ ਹੋਈ ਸਾਜਿਸ਼ ਦੇ ਤਹਿਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਤੇ ਜਾਨਲੇਵਾ ਹਮਲਾ ਕੀਤਾ। ਹਾਲਾਂਕਿ FIR ਅਜਨਾਲਾ ਕਾਂਡ ਦੇ ਅਗਲੇ ਦਿਨ ਹੀ 24 ਫਰਵਰੀ ਨੂੰ ਦਰਜ ਕਰ ਲਈ ਗਈ ਸੀ, ਪਰ ਇਸ ਬਾਰੇ ਖੁਲਾਸਾ ਬਾਅਦ ਦੇ ਵਿੱਚ ਹੋਇਆ। ਅਜਨਾਲਾ ਕਾਂਡ ਨੂੰ ਲੈ ਕੇ DGP ਗੌਰਵ ਯਾਦਵ ਨੇ ਵਿਸਥਾਰ ਦੇ ਨਾਲ ਪ੍ਰੈਸ ਕਾਨਫਰੰਸ ਕੀਤੀ, ਜਿੱਥੇ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਐਕਸ਼ਨ ਦੀ ਗੱਲ ਕਹੀ। ਉੱਥੇ ਪੂਰੀ ਘਟਨਾ ਦੀ ਸਖ਼ਤ ਨਿੰਦਾ ਕਰਦੇ ਕਿਹਾ ਕਿ ਇਸ ਪੂਰੀ ਘਟਨਾ ਦੇ ਦੌਰਾਨ ਪੰਜਾਬ ਪੁਲਿਸ ਦਾ ਮੁੱਖ ਮੰਤਵ ਗੁਰੂ ਸਾਹਿਬ ਦੀ ਮਰਿਆਦਾ ਨੂੰ ਕਾਇਮ ਰੱਖਣਾ ਸੀ। ਘਟਨਾ ਦੌਰਾਨ ਪੰਜਾਬ ਪੁਲਿਸ ਦੇ 6 ਮੁਲਾਜ਼ਮ ਜ਼ਖਮੀ ਹੋਏ, ਪਾਲਕੀ ਸਾਹਿਬ ਨੂੰ ਢਾਲ ਬਣਾ ਕੇ ਹਮਲਾ ਕੀਤਾ ਗਿਆ। SSP ਆਪ ਬੈਰੀਕੇਡ ਤੇ ਸੀਗੇ, ਨਾਲ ਉਹਨਾਂ ਦੇ ਜਿਹੜੇ ਸਾਡੇ SP ਸੀਗੇ, ਹੀ ਹੈਜ਼ ਬੀਨ ਇੰਜਰਡ ਵਿਦ 11 ਸਟਿਚਸ ਤੇ ਸਾਡੇ 5 ਹੋਰ ਮੁਲਾਜ਼ਮ ਇੰਜਰਡ ਹੋਏ ਹੈਗੇ। ਸੋ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਕੇ ਅਸੀਂ ਫਰਦਰ ਲੀਗਲ ਐਕਸ਼ਨ ਲਾਂਗੇ। ਹੁਣ ਤੁਹਾਨੂੰ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਅਜਨਾਲਾ ਕਾਂਡ ਦਾ ਮੁੱਢ ਕਿਵੇਂ ਵੱਜਿਆ, ਆਖਿਰ ਲਵਪ੍ਰੀਤ ਤੂਫਾਨ ਦੇ ਖਿਲਾਫ਼ ਕਿਹੜੇ ਇਲਜ਼ਾਮਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦਰਅਸਲ ਵਰਿੰਦਰ ਸਿੰਘ ਨਾਂ ਦਾ ਸ਼ਖਸ ਜੋ ਪਹਿਲਾਂ ਅੰਮ੍ਰਿਤਪਾਲ ਤੋਂ ਹੀ ਪ੍ਰਭਾਵਿਤ ਸੀ ਤੇ ਬਾਅਦ ਦੇ ਵਿੱਚ ਵਰਿੰਦਰ ਸਿੰਘ ਨੇ ਹੀ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ, ਜਿਸ ਨੇ ਪੁਲਿਸ ਦੇ ਕੋਲ ਦਰਜ ਕਰਵਾਈ ਸ਼ਿਕਾਇਤ ਦੇ ਵਿੱਚ ਕਿਹਾ ਕਿ 15 ਫਰਵਰੀ ਨੂੰ ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ਨੇ ਅਗਵਾ ਕਰਕੇ ਜੰਡਿਆਲਾ ਗੁਰੂ ਦੇ ਕੋਲ ਜਾ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਵਰਿੰਦਰ ਸਿੰਘ ਦੀ ਸ਼ਿਕਾਇਤ ਤੇ ਹੀ ਅਜਨਾਲਾ ਪੁਲਿਸ ਨੇ ਲਵਪ੍ਰੀਤ ਤੂਫਾਨ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ। ਇਸ ਤੋਂ ਇਲਾਵਾ ਅੰਮ੍ਰਿਤਪਾਲ ਸਣੇ 6 ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ, ਜਦਕਿ 20 ਅਣਪਛਾਤੇ ਨੌਜਵਾਨਾਂ ਤੇ ਵੀ ਕੇਸ ਦਰਜ ਕੀਤਾ ਤੇ ਮਾਮਲਾ ਦਰਜ ਹੋਣ ਦੇ ਬਾਅਦ ਐਕਸ਼ਨ ਵੀ ਨਜ਼ਰ ਆਇਆ। 18 ਫਰਵਰੀ ਨੂੰ ਅਜਨਾਲਾ ਪੁਲਿਸ ਨੇ ਲਵਪ੍ਰੀਤ ਤੂਫਾਨ ਨੂੰ ਉਸਦੇ ਪਿੰਡ ਤਿਬੜੀ ਤੋਂ ਗ੍ਰਿਫਤਾਰ ਕਰ ਲਿਆ ਤਾਂ ਅੰਮ੍ਰਿਤਪਾਲ ਨੇ ਲਵਪ੍ਰੀਤ ਤੂਫਾਨ ਨੂੰ ਬੇਕਸੂਰ ਦੱਸਦੇ ਹੋਏ ਪੁਲਿਸ ਤੇ ਝੂਠਾ ਪਰਚਾ ਦਰਜ ਕਰਨ ਦੇ ਇਲਜ਼ਾਮ ਲਗਾਏ। ਦਰਅਸਲ ਲਵਪ੍ਰੀਤ ਤੂਫਾਨ ਜੋ ਗੁਰਦਾਸਪੁਰ ਦੇ ਪਿੰਡ ਤਿਬੜੀ ਦਾ ਰਹਿਣ ਵਾਲਾ ਹੈ, ਜੋ ਇੱਕ ਸਮਰਥਕ ਵਜੋਂ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨਾਲ ਜੁੜਿਆ ਤੇ ਤੂਫਾਨ ਨੂੰ ਜਥੇਬੰਦੀ ਦੀ ਗੁਰਦਾਸਪੁਰ ਇਕਾਈ ਦੇ ਇੰਚਾਰਜ ਵਜੋਂ ਜ਼ਿੰਮੇਵਾਰੀ ਦਿੱਤੀ। ਐਪੀਸੋਡ ਨੰਬਰ 2, ਤਾਰੀਖ 18 ਮਾਰਚ 2023, ਆਪਰੇਸ਼ਨ ਅੰਮ੍ਰਿਤਪਾਲ। 23 ਫਰਵਰੀ ਨੂੰ ਅਜਨਾਲਾ ਕਾਂਡ ਹੋਇਆ ਤਾਂ ਅਗਲੇ ਦਿਨ ਹੀ FIR ਵੀ ਦਰਜ ਹੋ ਗਈ ਤੇ ਹੁਣ ਵਾਰੀ ਸੀ ਇਸ ਤੋਂ ਵੀ ਵੱਡੇ ਐਕਸ਼ਨ ਦੀ, ਜਿਸ ਦੀ ਤਿਆਰੀ ਪਹਿਲਾਂ ਤੋਂ ਹੀ ਚੱਲ ਰਹੀ ਸੀ। ਪਰ ਇਹ ਤਿਆਰੀ ਕਿੰਨੀ ਵੱਡੀ ਸੀ ਸ਼ਾਇਦ ਇਸ ਦਾ ਕਿਸੇ ਨੂੰ ਵੀ ਅੰਦਾਜ਼ਾ ਤੱਕ ਨਹੀਂ ਸੀ। ਕਿੰਨਾ ਵੱਡਾ ਐਕਸ਼ਨ ਹੋਣ ਜਾ ਰਿਹਾ ਅੰਮ੍ਰਿਤਪਾਲ ਵੀ ਇਸ ਨੂੰ ਸਮਝ ਨਾ ਸਕਿਆ। ਪੰਜਾਬ 'ਚ 18 ਮਾਰਚ ਤੋਂ ਪਹਿਲਾਂ ਹੀ ਪੈਰਾਮਿਲਟਰੀ ਫੋਰਸ ਦੀ ਤੈਨਾਤੀ ਹੋ ਚੁੱਕੀ ਸੀ, ਕੇਂਦਰ ਦੇ ਨਾਲ ਮਿਲ ਕੇ ਪੰਜਾਬ ਪੁਲਿਸ ਦਾ ਮਾਸਟਰ ਪਲਾਨ ਤਿਆਰ ਹੋ ਚੁੱਕਾ ਸੀ, ਪਰ ਇਸ ਐਕਸ਼ਨ ਪਲਾਨ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਸੀ। ਇਸੇ ਤਿਆਰੀ ਦੇ ਵਿਚਾਲੇ 18 ਮਾਰਚ ਦਾ ਉਹ ਦਿਨ ਵੀ ਆ ਗਿਆ ਜਦੋਂ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ। ਪੁਲਿਸ ਦੇ ਕੋਲ ਪਹਿਲਾਂ ਤੋਂ ਹੀ ਜਾਣਕਾਰੀ ਸੀ ਕਿ ਅੰਮ੍ਰਿਤਪਾਲ ਕਿੱਥੇ ਹੈ
ਤੇ ਕਿਸ ਪਾਸੇ ਜਾਣ ਦੀ ਤਿਆਰੀ ਕਰ ਰਿਹਾ। ਅੰਮ੍ਰਿਤਪਾਲ ਆਪਣੇ ਪ੍ਰੋਗਰਾਮ ਦੇ ਮੁਤਾਬਿਕ ਤਿਆਰ ਬਰ ਤਿਆਰ ਸੀ, ਜਿਸ ਦੇ ਪਿੰਡ ਜੱਲੂਪੁਰ ਖੇੜਾ ਦੇ ਵਿੱਚ ਸਮਰਥਕਾਂ ਦਾ ਵੱਡਾ ਇਕੱਠ ਹੋਇਆ ਤੇ ਤੈਅ ਸਮੇਂ ਮੁਤਾਬਿਕ ਅੰਮ੍ਰਿਤਪਾਲ ਕਾਫਲੇ ਦੇ ਰੂਪ ਦੇ ਵਿੱਚ ਆਪਣੇ ਪਿੰਡ ਤੋਂ ਜਲੰਧਰ ਵੱਲ ਰਵਾਨਾ ਹੋਇਆ। ਤਾਂ ਫਿਰ ਪੁਲਿਸ ਨੇ ਆਪਣੇ ਮਾਸਟਰ ਪਲਾਨ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅੰਮ੍ਰਿਤਪਾਲ ਦਾ ਕਾਫਲਾ ਕਦਮ ਅੱਗੇ ਵਧਾ ਰਿਹਾ ਸੀ ਤਾਂ ਪੁਲਿਸ ਨੂੰ ਇਹਨਾਂ ਵਾਧੇ ਕਦਮਾਂ ਦੀ ਪੂਰੀ ਜਾਣਕਾਰੀ ਸੀ। ਕਾਫਲਾ ਕਿਸ ਜਗ੍ਹਾ ਤੋਂ ਲੰਘ ਰਿਹਾ, ਸਾਰੀ ਇਨਪੁੱਟ ਮਿਲ ਰਹੀ ਸੀ। ਕਈ ਜ਼ਿਲ੍ਹਿਆਂ ਦੀ ਪੁਲਿਸ ਪੂਰੇ ਆਪਰੇਸ਼ਨ ਨੂੰ ਅੰਜਾਮ ਦੇਣ ਦੇ ਵਿੱਚ ਲੱਗੀ ਹੋਈ ਸੀ ਅਤੇ ਮਕਸਦ ਸੀ ਅੰਮ੍ਰਿਤਪਾਲ ਨੂੰ ਸ਼ਿਕੰਜੇ ਵਿੱਚ ਲੈਣਾ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ। ਇੰਟਰਨੈੱਟ ਸੇਵਾ ਵੀ ਬੰਦ ਕੀਤੀ ਗਈ ਤਾਂ ਜੋ ਸੋਸ਼ਲ ਮੀਡੀਆ 'ਤੇ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫੈਲ ਸਕੇ। ਸੋ ਅੰਮ੍ਰਿਤਪਾਲ ਦਾ ਕਾਫਲਾ ਜੋ ਪਿੰਡ ਜੱਲੂਪੁਰ ਖੇੜਾ ਤੋਂ ਸ਼ੁਰੂ ਹੋਇਆ ਅਤੇ ਬਿਆਸ ਤੋਂ ਹੁੰਦਾ ਹੋਇਆ ਜਲੰਧਰ ਵੱਲ ਵੱਧ ਰਿਹਾ ਸੀ। ਇਸੇ ਦੌਰਾਨ ਪੁਲਿਸ ਦੀਆਂ ਗੱਡੀਆਂ ਦੇ ਕਾਫਲੇ ਨੇ ਅੰਮ੍ਰਿਤਪਾਲ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਜਿਸ ਜਗ੍ਹਾ ਤੋਂ ਅੰਮ੍ਰਿਤਪਾਲ ਦਾ ਕਾਫਲਾ ਲੰਘਣਾ ਸੀ ਉੱਥੇ ਪਹਿਲਾਂ ਹੀ ਪੁਲਿਸ ਦੀ ਤਿਆਰੀ ਹੋ ਚੁੱਕੀ ਸੀ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਿਲਚੀਆਂ ਦੇ ਵਿੱਚ ਪੁਲਿਸ ਨੇ ਇੱਕ ਨਾਕਾ ਲਗਾ ਦਿੱਤਾ ਤਾਂ ਜਿਸ ਨਾਕੇ 'ਤੇ ਹੀ ਆਪਰੇਸ਼ਨ ਅੰਮ੍ਰਿਤਪਾਲ ਨੂੰ ਅੰਜਾਮ ਦਿੱਤਾ ਜਾ ਸਕੇ। ਪਰ ਇੱਥੇ ਕਾਮਯਾਬੀ ਨਾ ਮਿਲ ਸਕੀ। ਇੱਕ ਮਰਸਡੀਜ਼ ਅਤੇ ਦੋ ਇੰਡੇਵਰ ਸਣੇ ਕੁੱਲ 4 ਕਾਰਾਂ ਦਾ ਕਾਫਲਾ ਪੁਲਿਸ ਦੇ ਨਾਕੇ 'ਤੇ ਪਹੁੰਚਿਆ ਅਤੇ ਕਾਫਲਾ ਪੁਲਿਸ ਦੇ ਸੁਰੱਖਿਆ ਘੇਰੇ ਨੂੰ ਤੋੜਦਾ ਹੋਇਆ ਅੱਗੇ ਨਿਕਲ ਗਿਆ। ਇਸ ਦੇ ਬਾਅਦ ਪੁਲਿਸ ਦੇ ਕਾਫਲੇ ਨੇ ਹੋਰ ਰਫ਼ਤਾਰ ਫੜੀ ਅਤੇ ਤੇਜ਼ੀ ਦੇ ਨਾਲ ਅੰਮ੍ਰਿਤਪਾਲ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਅਤੇ ਜਿਵੇਂ ਅੰਮ੍ਰਿਤਪਾਲ ਆਪਣੇ ਸਾਥੀਆਂ ਨਾਲ ਜਲੰਧਰ ਦੇ ਸ਼ਾਹਕੋਟ ਦੇ ਕੋਲ ਪਹੁੰਚਿਆ ਤਾਂ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ। ਪੁਲਿਸ ਨੇ ਅੰਮ੍ਰਿਤਪਾਲ ਦੇ ਕਈ ਸਾਥੀਆਂ ਨੂੰ ਧਰ ਦਬੋਚਿਆ। ਇਸੇ ਦੌਰਾਨ ਅੰਮ੍ਰਿਤਪਾਲ ਦੇ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ, ਜਿਸ ਦੇ ਵਿੱਚ ਬਾਜੇਕੇ ਭੱਜਦਾ ਹੋਇਆ ਨਜ਼ਰ ਆਉਂਦਾ। ਵੀਡੀਓ ਦੇ ਵਿੱਚ ਖੇਤ ਨਜ਼ਰ ਆਉਂਦੇ ਨੇ ਅਤੇ ਬਾਜੇਕੇ ਖੁਦ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਪੁਲਿਸ ਉਸਦਾ ਪਿੱਛਾ ਕਰ ਰਹੀ ਹੈ। ਆਹ ਵੇਖੋ ਮਗਰ ਲੱਗੇ ਹੋਏ, ਉਹ ਵੇਖੋ ਮਗਰ ਲੱਗੇ ਆਉਂਦੇ, ਉਹ ਵੇਖੋ ਖੇਤਰਾਂ 'ਚ ਇਹ ਮਗਰ ਖੇਤਰਾਂ 'ਚ ਆਹ ਵੇਖੋ, ਆਹ ਚੰਗੀ ਤਰ੍ਹਾਂ ਵੇਖ ਲਓ, ਆਹ ਵੇਖ ਲਓ ਖੇਤਰਾਂ 'ਚ ਆਹ ਵੇਖੋ ਖੇਤਰਾਂ 'ਚ। ਅਤੇ ਆਖਿਰਕਾਰ ਬਾਜੇਕੇ ਸਣੇ ਅੰਮ੍ਰਿਤਪਾਲ ਦੇ ਕਈ ਸਾਥੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਏ ਗਏ, ਜਿਨ੍ਹਾਂ ਤੋਂ ਕਈ ਨਾਜਾਇਜ਼ ਹਥਿਆਰ ਵੀ ਬਰਾਮਦ ਹੋਏ। ਗ੍ਰਿਫਤਾਰ ਕੀਤੇ ਗਏ ਅੰਮ੍ਰਿਤਪਾਲ ਦੇ ਸਾਥੀਆਂ 'ਤੇ NSA ਲਗਾਇਆ ਗਿਆ ਅਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ। ਪਰ ਅੰਮ੍ਰਿਤਪਾਲ ਪੁਲਿਸ ਦੇ ਹੱਥ ਨਾ ਆ ਸਕਿਆ। ਅੰਮ੍ਰਿਤਪਾਲ ਬੜੀ ਹੁਸ਼ਿਆਰੀ ਦੇ ਨਾਲ ਆਪਣੇ ਸਾਥੀ ਪਬਲਪ੍ਰੀਤ ਨੂੰ ਨਾਲ ਲੈ ਕੇ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ। ਹਾਲਾਂਕਿ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਦਾ ਘੇਰਾ ਬਹੁਤ ਵੱਡਾ ਸੀ, ਜਗ੍ਹਾ ਜਗ੍ਹਾ 'ਤੇ ਨਾਕਾਬੰਦੀ ਸੀ, ਪਰ ਅੰਮ੍ਰਿਤਪਾਲ ਨੇ ਗੱਡੀ ਬਦਲੀ ਅਤੇ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਅੱਗੇ ਨਿਕਲ ਗਿਆ। ਜਦੋਂ ਅੰਮ੍ਰਿਤਪਾਲ ਪੁਲਿਸ ਦੇ ਸ਼ਾਹਕੋਟ ਵਾਲੇ ਘੇਰੇ ਨੂੰ ਵੀ ਟੱਪ ਗਿਆ ਤਾਂ ਪੰਜਾਬ ਭਰ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ। ਚੱਪੇ ਚੱਪੇ 'ਤੇ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਦੀ ਤੈਨਾਤੀ ਕਰ ਦਿੱਤੀ ਗਈ, ਪਰ ਅੰਮ੍ਰਿਤਪਾਲ ਦਾ ਕੋਈ ਵੀ ਥੋ ਪਤਾ ਨਾ ਲੱਗਿਆ। ਇੱਕ ਪਾਸੇ ਪੁਲਿਸ ਅੰਮ੍ਰਿਤਪਾਲ ਦੀ ਭਾਲ ਕਰ ਰਹੀ ਸੀ ਤਾਂ ਇਸ ਦੇ ਵਿਚਾਲੇ ਜਲੰਧਰ ਦੇ ਪਿੰਡ ਨੰਗਲ ਅੰਬੀਆਂ ਤੋਂ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਦੀਆਂ ਤਸਵੀਰਾਂ ਆਈਆਂ ਅਤੇ ਵੱਡਾ ਖੁਲਾਸਾ ਹੋਇਆ ਕਿ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਨੇ ਨੰਗਲ ਅੰਬੀਆਂ ਦੇ ਗੁਰੂ ਘਰ ਦੇ ਵਿੱਚ ਪਨਾਹ ਲਈ। ਇਸ ਦੇ ਬਾਅਦ ਭੇਸ ਬਦਲਿਆ ਅਤੇ ਆਪਣੇ ਸਾਥੀ ਪਪਲਪ੍ਰੀਤ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਿਆ।
ਅੰਮ੍ਰਿਤਪਾਲ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ, ਪਰ ਇਸ ਦੌਰਾਨ ਅੰਮ੍ਰਿਤਪਾਲ ਦੀਆਂ ਵੱਖ ਵੱਖ ਤਸਵੀਰਾਂ ਸਾਹਮਣੇ ਆਉਂਦੀਆਂ ਗਈਆਂ। ਕਿਤੇ ਸੀਸੀਟੀਵੀ ਦੇ ਵਿੱਚ ਕੈਦ ਹੋਇਆ, ਕਿਤੇ ਮੋਟਰਸਾਈਕਲ ਤੇ ਸਵਾਰ ਨਜ਼ਰ ਆਇਆ, ਤੇ ਕਦੇ ਆਪਣੇ ਸਾਥੀ ਪਪਲਪ੍ਰੀਤ ਦੇ ਨਾਲ ਰੇੜੀ ਤੇ ਬੈਠਾ ਹੋਇਆ ਵੇਖਿਆ ਗਿਆ। ਇਸ ਦੇ ਵਿਚਾਲੇ ਹੀ ਹਰਿਆਣਾ ਦੇ ਸ਼ਾਹਬਾਦ ਤੋਂ ਵੀ ਤਸਵੀਰਾਂ ਸਾਹਮਣੇ ਆ ਗਈਆਂ, ਤੇ ਇਹ ਵੀ ਵੱਡਾ ਖੁਲਾਸਾ ਹੋਇਆ ਕਿ ਸ਼ਾਹਬਾਦ ਦੇ ਵਿੱਚ ਹੀ ਅੰਮ੍ਰਿਤਪਾਲ ਨੇ ਪਪਲਪ੍ਰੀਤ ਦੀ ਜਾਣਕਾਰ ਇੱਕ ਮਹਿਲਾ ਦੇ ਘਰ 2 ਦਿਨਾਂ ਤੱਕ ਪਨਾਹ ਲਈ, ਤੇ ਖੁਲਾਸਾ ਹੋਣ ਤੇ ਹਰਿਆਣਾ ਦੇ ਕੁਰੂਕਸ਼ੇਤਰ ਦੀ ਪੁਲਿਸ ਨੇ ਇਸ ਮਹਿਲਾ ਨੂੰ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ। ਤੇ ਮਹਿਲਾ ਤੋਂ ਕੀਤੀ ਗਈ ਪੁੱਛਗਿੱਛ ਦੇ ਵਿੱਚ ਇਹ ਵੀ ਵੱਡਾ ਖੁਲਾਸਾ ਹੋਇਆ ਕਿ ਅੰਮ੍ਰਿਤਪਾਲ ਨੇ ਹਰਿਆਣਾ ਤੋਂ ਅੱਗੇ ਉੱਤਰਾਖੰਡ ਜਾਣ ਦੀ ਗੱਲ ਕਹੀ ਸੀ, ਜਿਸ ਕਾਰਨ ਪੁਲਿਸ ਨੇ ਪੰਜਾਬ ਤੇ ਹਰਿਆਣਾ ਦੇ ਨਾਲ ਨਾਲ ਨੇਪਾਲ ਪੁਲਿਸ ਨੂੰ ਵੀ ਅਲਰਟ ਕਰ ਦਿੱਤਾ। ਪ੍ਰੀਤ ਸਿੰਘ ਜਿਹੜਾ ਮੇਨ ਐਸੋਸੀਏਟ ਆ ਅੰਮ੍ਰਿਤਪਾਲ ਸਿੰਘ ਦਾ, ਉਹਨੂੰ ਪੰਜਾਬ ਪੁਲਿਸ ਨੇ ਔਰ ਖਾਸ ਕਰਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਕੱਥੂ ਨੰਗਲ ਦੇ ਏਰੀਏ ਤੋਂ ਗ੍ਰਿਫਤਾਰ ਕੀਤਾ ਹੈ। ਇਹਦੇ ਵਿੱਚ ਕਾਫੀ ਦੇਰ ਤੋਂ ਬਹੁਤ ਸਾਰੇ ਵਾਈਟਲ ਕਲੂ ਸੀਗੇ ਜਿਨ੍ਹਾਂ ਦੇ ਉੱਤੇ ਕੰਮ ਹੋ ਰਿਹਾ ਸੀਗਾ, ਔਰ ਬਹੁਤ ਸ਼ਲਾਘਾ ਦਾ ਕੰਮ ਕੀਤਾ ਅੰਮ੍ਰਿਤਸਰ ਰੂਰਲ ਪੁਲਿਸ ਨੇ। ਬੇਸ਼ੱਕ ਅੰਮ੍ਰਿਤਪਾਲ ਨੂੰ ਲੈ ਕੇ ਵੱਖ ਵੱਖ ਖੁਲਾਸੇ ਹੋ ਰਹੇ ਸਨ, ਤਸਵੀਰਾਂ ਵੀ ਸਾਹਮਣੇ ਆ ਰਹੀਆਂ ਸਨ, ਅੰਮ੍ਰਿਤਪਾਲ ਦੀਆਂ ਵੀਡੀਓ ਵੀ ਜਾਰੀ ਹੋ ਰਹੀਆਂ ਸਨ, ਤਾਂ ਇਸ ਦੇ ਵਿਚਾਲੇ ਲਗਾਤਾਰ ਸਾਥੀਆਂ ਦੀ ਵੀ ਗ੍ਰਿਫਤਾਰੀ ਹੋ ਰਹੀ ਸੀ। ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਤੇ ਪੈਰਾਮਿਲਟਰੀ ਫੋਰਸ ਦਾ ਘੇਰਾ ਤੋੜ ਕੇ ਅੰਮ੍ਰਿਤਪਾਲ ਕਿਵੇਂ ਫਰਾਰ ਹੋ ਗਿਆ, ਇਸ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਸਨ। ਪੁਲਿਸ ਤੇ ਵੀ ਪ੍ਰੈਸ਼ਰ ਵੱਧਦਾ ਜਾ ਰਿਹਾ ਸੀ। ਕਦੇ ਅੰਮ੍ਰਿਤਪਾਲ ਦੇ ਹੁਸ਼ਿਆਰਪੁਰ ਦੇ ਵਿੱਚ ਪਹੁੰਚਣ ਦੀਆਂ ਖਬਰਾਂ ਸਾਹਮਣੇ ਆਈਆਂ, ਤੇ ਕਦੇ ਇਹ ਵੀ ਚਰਚਾ ਚੱਲੀ ਕਿ ਅੰਮ੍ਰਿਤਪਾਲ ਸਰੈਂਡਰ ਕਰ ਸਕਦਾ ਹੈ। ਇਸ ਦੇ ਵਿਚਾਲੇ ਹੀ ਇੱਕ ਵੱਡੀ ਗ੍ਰਿਫਤਾਰੀ ਹੋਈ, ਉਹ ਸੀ ਅੰਮ੍ਰਿਤਪਾਲ ਦੇ ਨਾਲ ਪਰਛਾਵੇਂ ਦੀ ਤਰ੍ਹਾਂ ਚੱਲ ਰਿਹਾ ਪਪਲਪ੍ਰੀਤ, ਤੇ ਗ੍ਰਿਫਤਾਰੀ ਹੋਈ 10 ਅਪ੍ਰੈਲ ਨੂੰ ਅੰਮ੍ਰਿਤਸਰ ਦੇ ਕੱਥੂ ਨੰਗਲ ਤੋਂ। ਖੁਦ ਆਈ ਜੀ ਸੁਖਚੈਨ ਸਿੰਘ ਗਿੱਲ ਮੀਡੀਆ ਦੇ ਮੁਖਾਤਬ ਹੋਏ, ਤੇ ਪਪਲਪ੍ਰੀਤ ਦੀ ਗ੍ਰਿਫਤਾਰੀ ਨੂੰ ਲੈ ਕੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ। ਜਿਸਮੇ ਪਪਲਪ੍ਰੀਤ ਸਿੰਘ ਜੋ ਮੇਨ ਐਸੋਸੀਏਟ ਹੈ ਅੰਮ੍ਰਿਤਪਾਲ ਸਿੰਘ ਕਾ, ਉਸਕੋ ਪੰਜਾਬ ਪੁਲਿਸ ਨੇ ਖਾਸ ਕਰਕੇ ਅੰਮ੍ਰਿਤਸਰ ਰੂਰਲ ਪੁਲਿਸ ਨੇ ਕੱਥੂ ਨੰਗਲ ਏਰੀਆ ਹੈ ਅੰਮ੍ਰਿਤਸਰ ਮੇ ਵਹਾਂ ਸੇ ਅਰੈਸਟ ਕੀਆ ਹੈ। ਪੰਜਾਬ ਪੁਲਿਸ ਨੇ ਇਸਕੋ NSA ਮੇ ਡਿਟੇਨ ਕੀਆ ਹੈ। ਅੰਮ੍ਰਿਤਪਾਲ ਤੱਕ ਪਹੁੰਚਣ ਦੇ ਲਈ ਪਪਲਪ੍ਰੀਤ ਦੀ ਗ੍ਰਿਫਤਾਰੀ ਬਹੁਤ ਅਹਿਮ ਸੀ। ਦੋਵਾਂ ਨੇ ਕਈ ਦਿਨ ਇਕੱਠਿਆਂ ਬਿਤਾਏ, ਸੋ ਇੱਕ ਇੱਕ ਰਾਜ ਦਾ ਖੁਲਾਸਾ ਪਪਲਪ੍ਰੀਤ ਹੀ ਕਰ ਸਕਦਾ ਸੀ। ਸੋ ਪਪਲਪ੍ਰੀਤ ਦੀ ਗ੍ਰਿਫਤਾਰੀ ਦੇ ਨਾਲ ਪੁਲਿਸ ਹੋਰ ਮੁਸਤੈਦ ਹੋਈ, ਤੇ ਆਪਰੇਸ਼ਨ ਅੰਮ੍ਰਿਤਪਾਲ ਨੂੰ ਹੋਰ ਤੇਜ਼ ਕਰ ਦਿੱਤਾ ਗਿਆ। ਐਪੀਸੋਡ ਨੰਬਰ 3, ਤਰੀਕ 23 ਅਪ੍ਰੈਲ 2023, ਜਗ੍ਹਾ ਪਿੰਡ ਰੋਡੇ, ਜ਼ਿਲ੍ਹਾ ਮੋਗਾ। ਅੰਮ੍ਰਿਤਪਾਲ ਦੀ ਹੋਈ ਗ੍ਰਿਫਤਾਰੀ। 18 ਮਾਰਚ ਨੂੰ ਅੰਮ੍ਰਿਤਪਾਲ ਦੀ ਫਰਾਰੀ ਦੇ ਬਾਅਦ ਕਰੀਬ 36 ਦਿਨਾਂ ਤੱਕ ਪੁਲਿਸ ਤੇ ਅੰਮ੍ਰਿਤਪਾਲ ਦੇ ਵਿਚਕਾਰ ਲੁਕਣ ਮਿਚੀ ਦੀ ਖੇਡ ਚੱਲੀ। ਅਨੇਕਾਂ ਹੀ ਤਸਵੀਰਾਂ ਸਾਹਮਣੇ ਆਈਆਂ, ਤੇ ਨਾਲ ਹੀ ਗ੍ਰਿਫਤਾਰੀ ਦੇ ਦਾਅਵੇ ਵੀ ਹੁੰਦੇ ਗਏ, ਤੇ ਆਖਿਰ 23 ਅਪ੍ਰੈਲ 2023 ਨੂੰ ਪੁਲਿਸ ਆਪਰੇਸ਼ਨ ਅੰਮ੍ਰਿਤਪਾਲ ਨੂੰ ਆਖਰੀ ਅੰਜਾਮ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋਈ। ਅਜੇ ਲੋਕਾਂ ਦੀ ਨੀਂਦ ਵੀ ਨਹੀਂ ਸੀ ਖੁੱਲ੍ਹੀ ਕਿ ਤੜਕੇ ਮੋਗਾ ਦੇ ਪਿੰਡ ਰੋਡੇ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ। ਜਿਸ ਜਗ੍ਹਾ 'ਤੇ ਅੰਮ੍ਰਿਤਪਾਲ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਵਜੋਂ ਕਮਾਨ ਸੰਭਾਲੀ, ਉਸੇ ਜਗ੍ਹਾ ਤੋਂ ਗ੍ਰਿਫਤਾਰੀ ਹੋਈ। ਪੁਲਿਸ ਨੂੰ ਪਹਿਲਾਂ ਇਸ ਦੀ ਇਨਪੁੱਟ ਸੀ ਕਿ ਅੰਮ੍ਰਿਤਪਾਲ ਰੋਡੇ ਪਿੰਡ ਦੇ ਵਿੱਚ ਰੁਕਿਆ ਹੋਇਆ, ਤਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੰਟੈਲੀਜੈਂਸ ਦੇ ਨਾਲ ਮਿਲ ਕੇ ਪੂਰਾ ਆਪਰੇਸ਼ਨ ਚਲਾਇਆ। ਪਿੰਡ ਨੂੰ ਘੇਰਾ ਪਾ ਲਿਆ ਗਿਆ, ਤੇ ਜਦੋਂ ਅੰਮ੍ਰਿਤਪਾਲ ਦੇ ਕੋਲ ਗੁਰੂ ਘਰ ਤੋਂ ਹੋਰ ਕਿਸੇ ਵੀ ਪਾਸੇ ਜਾਣ ਦਾ ਬਦਲ ਨਾ ਬਚਿਆ, ਤਾਂ ਪੁਲਿਸ ਨੇ ਮਰਿਆਦਾ ਦਾ ਖਿਆਲ ਰੱਖਦੇ ਹੋਏ ਠੀਕ ਸਵੇਰ ਦੇ 6:45 'ਤੇ ਅੰਮ੍ਰਿਤਪਾਲ ਨੂੰ
ਗ੍ਰਿਫਤਾਰ ਕਰ ਲਿਆ। ਹਾਲਾਂਕਿ ਅੰਮ੍ਰਿਤਪਾਲ 'ਤੇ NSA ਪਹਿਲਾਂ ਹੀ ਲਗਾਇਆ ਜਾ ਚੁੱਕਾ ਸੀ ਅਤੇ ਗ੍ਰਿਫਤਾਰੀ ਦੇ ਤੁਰੰਤ ਬਾਅਦ ਅੰਮ੍ਰਿਤਪਾਲ ਨੂੰ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਗਿਆ। ਉੱਥੇ ਗ੍ਰਿਫਤਾਰੀ ਤੋਂ ਠੀਕ ਪਹਿਲਾਂ ਅੰਮ੍ਰਿਤਪਾਲ ਦੀਆਂ ਗੁਰੂ ਘਰ ਦੇ ਅੰਦਰ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ, ਜਿਸ ਦੇ ਵਿੱਚ ਅੰਮ੍ਰਿਤਪਾਲ ਗੁਰਦੁਆਰੇ ਨਤਮਸਤਕ ਹੁੰਦਾ ਨਜ਼ਰ ਆਉਂਦਾ, ਪਾਠ ਕੀਤਾ ਜਾਂਦਾ ਅਤੇ ਇਸ ਦੇ ਬਾਅਦ ਸੰਗਤਾਂ ਦੇ ਨਾਮ ਸੰਦੇਸ਼ ਵੀ ਦਿੰਦਾ। ਅੱਜ ਸਵੇਰੇ ਅੰਮ੍ਰਿਤਪਾਲ ਸਿੰਘ ਨੂੰ ਡਿਟੇਨ ਕੀਤਾ ਗਿਆ, NSA ਦੇ ਜਿਹੜੇ ਵਾਰੰਟਸ ਆ ਉਹਨਾਂ ਨੂੰ ਐਗਜੀਕਿਊਟ ਕਰਕੇ ਉਹਦੇ ਅੰਡਰ ਡਿਟੇਨ ਕੀਤਾ ਗਿਆ ਔਰ ਫਰਦਰ ਇਸ ਕੇਸ ਦੇ ਵਿੱਚ ਜਿਹੜਾ ਵਾ ਕਾਨੂੰਨ ਦੇ ਅਨੁਸਾਰ ਅੱਗੇ ਕਾਰਵਾਈ ਹੋਊਗੀ। ਲੋਕਾਂ ਨੇ, ਪਬਲਿਕ ਨੇ, ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੂੰਗਾ ਪੰਜਾਬ ਦੇ ਲੋਕਾਂ ਦਾ, ਜਿਨ੍ਹਾਂ ਨੇ ਇਸ ਪੂਰੇ ਦੌਰ ਦੇ ਦੌਰਾਨ ਪੰਜਾਬ ਦੇ ਵਿੱਚ ਕਮਿਊਨਲ ਹਾਰਮਨੀ, ਪੀਸ ਮੇਨਟੇਨ ਕੀਤੀ ਹੈ। ਅਤੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਦੇ ਕੁਝ ਸਮੇਂ ਬਾਅਦ ਹੀ ਮੁੱਖ ਮੰਤਰੀ ਭਗਵੰਤ ਮਾਨ ਖੁਦ ਲਾਈਵ ਹੋਏ ਅਤੇ ਆਖਿਰ ਕਿਵੇਂ ਪੁਲਿਸ ਅੰਮ੍ਰਿਤਪਾਲ ਤੱਕ ਪਹੁੰਚੀ, ਕਿਵੇਂ ਪੂਰੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ, ਇਸ ਬਾਰੇ ਜਾਣਕਾਰੀ ਦਿੱਤੀ ਗਈ। ਇਸੇ ਪਹਿਲੇ ਅਜਨਾਲਾ ਮੇ ਥਾਣਾ ਕੇ ਸਾਹਮਣੇ, ਪੁਲਿਸ ਥਾਣਾ ਕੇ ਸਾਹਮਣੇ ਜੋ ਪਾਲਕੀ ਸਾਹਿਬ ਜਿਸਮੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਸਵਾਰੀ ਰਹਿਤੀ ਹੈ, ਉਸਕੋ ਕੁਛ ਲੋਕ ਲੇਕਰ ਆ ਗਏ ਥੇ, ਉਸਕੋ ਢਾਲ ਬਣਾ ਕਰ ਉਹ ਥਾਣੇ ਕੇ ਅੰਦਰ ਚਲੇ ਗਏ ਥੇ। ਉਸ ਦਿਨ ਵੀ ਮੈਨੇ ਜੋ ਹਮਾਰੇ DGP ਹੈ ਪੁਲਿਸ ਕੇ, ਉਨਕੋ ਯਹੀ ਨਿਰਦੇਸ਼ ਦੀਏ ਥੇ ਕਿ ਕੁਛ ਵੀ ਹੋ ਜਾਏ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਕੀ ਮਰਿਆਦਾ ਕੋ ਉਨਕੇ ਸਨਮਾਨ ਮੇਂ ਕੋਈ ਆਂਚ ਨਹੀਂ ਆਉਣੀ ਚਾਹੀਏ। 35 ਦਿਨ ਹੋ ਗਏ, ਅੱਜ ਅੰਮ੍ਰਿਤਪਾਲ ਸਿੰਘ ਵੀ ਗ੍ਰਿਫਤਾਰ ਹੋ ਗਿਆ। ਸੋ ਅੰਮ੍ਰਿਤਪਾਲ ਜਿਸ ਦੀ ਸਾਲ 2022 ਦੇ ਵਿੱਚ ਦੁਬਈ ਤੋਂ ਪੰਜਾਬ ਦੇ ਵਿੱਚ ਐਂਟਰੀ ਹੋਈ, ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਬਣਨ ਦੇ ਬਾਅਦ ਵਿਵਾਦਾਂ ਦੇ ਨਾਲ ਨਾਤਾ ਜੁੜਿਆ ਅਤੇ ਸਾਲ 2023 ਦੇ ਵਿੱਚ ਅਜਨਾਲਾ ਕਾਂਡ ਦੇ ਕਾਰਨ ਮੁਸ਼ਕਲਾਂ ਹੋਰ ਵਧੀਆਂ ਜੋ ਵੱਡੇ ਐਕਸ਼ਨ ਦੀ ਵਜ੍ਹਾ ਬਣ ਗਿਆ। ਆਖਿਰ ਫਰਾਰ ਹੋਣ ਦੇ 36 ਦਿਨਾਂ ਬਾਅਦ ਅੰਮ੍ਰਿਤਪਾਲ ਪੁਲਿਸ ਦੇ ਸ਼ਿਕੰਜੇ ਵਿੱਚ ਆ ਗਿਆ ਅਤੇ ਪੁਲਿਸ ਨੇ ਵੀ ਸੁੱਖ ਦਾ ਸਾਹ ਲਿਆ। ਫਿਲਹਾਲ ਅੰਮ੍ਰਿਤਪਾਲ ਆਪਣੇ ਸਾਥੀਆਂ ਸਣੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਬੰਦ ਹੈ।